जिस बंदे नूं हथियार दी लोड़ आ उहनूं दित्ता जावे, जिहड़ी जान नूं वाकई खतरा उहनूं दित्ता जावे। इह तां बंदा फुकरा सी, इहने फुकरपंथी दे विच आके गोलियां चलाईआं, फुकरपंथी दे विच आके सारिआं ते अटैक कीता। तीजा फायर साडीआं अखां दे सामणे सिंघ साहिब दे खब्बे पासे लगा। मोगा च बाजार बंद करवा रहे प्रदर्शनकारियों उत्ते एक दुकानदार ने गोली चला दित्ती। ਇਹ ਗੋਲੀ ਕਿ ਨਿਹੰਗ ਸਿੰਘ ਦੇ ਲੱਗੀ ਹੈ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਕੋਟ ਈਸੇਖਾਂ ਇਲਾਕੇ ਦੇ ਵਿੱਚ ਪ੍ਰਦਰਸ਼ਨਕਾਰੀ ਅੱਜ ਬੰਦ ਦੀ ਕਾਲ ਦੌਰਾਨ ਬਾਜ਼ਾਰ ਬੰਦ ਕਰਵਾ ਰਹੇ ਸੀ। ਇਸੇ ਦੌਰਾਨ ਪ੍ਰਦਰਸ਼ਨਕਾਰੀ ਇੱਕ ਮੋਬਾਈਲਾਂ ਦੀ ਦੁਕਾਨ ਉੱਤੇ ਪਹੁੰਚੇ ਤੇ ਦੁਕਾਨਦਾਰ ਨੂੰ ਦੁਕਾਨ ਬੰਦ ਕਰਨ ਲਈ ਕਿਹਾ ਗਿਆ, ਜਿਸ ਤੋਂ ਬਾਅਦ ਦੁਕਾਨਦਾਰ ਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਬਹਿਸ ਸ਼ੁਰੂ ਹੋ ਗਈ। ਇਸੇ ਦੌਰਾਨ ਗਹਿਮਾ ਗਹਿਮੀ ਦੇ ਵਿੱਚ ਦੁਕਾਨਦਾਰ ਅੰਦਰੋਂ ਆਪਣੀ ਰਿਵਾਲਵਰ ਚੱਕ ਲਿਆਇਆ ਤੇ ਪ੍ਰਦਰਸ਼ਨਕਾਰੀਆਂ ਉੱਤੇ ਤਾਣ ਦਿੱਤਾ। हालांकि प्रदर्शनकारी उदों भी बहस करते रहे ते इको दम दुकानदार ने गोली चला दित्ती ते गोली सीधा एक निहंग सिंह दे लगी जो कि गंभीर जख्मी हो गया, जिसनों साथियों ने तुरंत हस्पताल दे विच पहुंचाया जिथे उसका इलाज चल रहा है। तुहानू दस दिए कि मणिपुर मामले नू लैके ईसाई ते वाल्मीकि भाईचारे वालों अज पंजाब नू बंद करन दा सद्दा दित्ता गया सी, जिस नू पूरे पंजाब दे विच समर्थन भी मिल रहा है। अज इस तरह गल हुई कि जद असीं इत्थों रोज मुहाजरा करदे होए मसीता रोड ते जा रहे सी ਤਾਂ ਫਤਿਹ ਮੋਬਾਈਲ ਅਸੈਸਰੀ ਦੀ ਦੁਕਾਨ ਆ, ਉਸ ਨੌਜਵਾਨ ਦਾ ਨਾਂ ਗੋਰਾ ਦੱਸਿਆ ਜਾਂਦਾ ਹੈ ਅਤੇ ਪਲਾਟਾਂ ਦਾ ਉਹ ਰਹਿਣ ਵਾਲਾ ਹੈ ਅਤੇ ਨਿੰਗ ਸਾਹਿਬ ਉਹਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਸੀ ਛਿਆਂ ਤੋਂ ਉੱਥੇ CCTV ਕੈਮਰੇ 'ਚ ਕਿਸੇ 'ਚ ਰਿਕਾਰਡ ਹੋਇਆ ਹੋਵੇ ਕਿ ਦੁਕਾਨ ਬੰਦ ਕਰ ਦਿਉ। ਉਹ ਕਹਿੰਦਾ ਕਿ ਮੈਂ ਨਹੀਂ ਦੁਕਾਨ ਬੰਦ ਕਰਨੀ, ਮੇਰਾ ਮਣੀਪੁਰ ਨਾਲ ਕੋਈ ਲਿੰਕ ਨਹੀਂ ਹੈਗਾ, ਮੇਰਾ ਇੰਡੀਆ ਨਾਲ ਕੋਈ ਲਿੰਕ ਨਹੀਂ ਹੈਗਾ, ਮੇਰਾ ਪੰਜਾਬ ਨਾਲ ਲਿੰਕ ਵਾ, ਮੈਂ ਪੰਜਾਬੀ ਹਾਂ, ਮੈਂ ਮਣੀਪੁਰ ਦੀ ਵਿਰੋਧਤਾ ਕਰਦਾ ਉੱਥੇ ਜੋ ਮਰਜ਼ੀ ਹੋਈ ਜਾਵੇ। ਨਿੰਗ ਸਾਹਿਬ ਕਹਿੰਦੇ ਕਿ ਸਾਨੂੰ ਮਣੀਪੁਰ ਨਾਲ ਮਤਲਬ ਨਹੀਂ ਪਰ ਸਾਨੂੰ ਧੀਆਂ ਦੀ ਇੱਜ਼ਤ ਦਾ ਮਤਲਬ ਆ। ਅਤੇ ਉੱਥੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਬਹਿਸ ਹੋਈ, ਬਹਿਸ ਹੋਣ ਤੋਂ ਬਾਅਦ ਉਹਨਾਂ ਨੇ ਇੱਕਦਮ ਅੰਦਰੋਂ ਪਿਸਤੌਲ ਕੱਢਿਆ, ਆਪਣਾ ਰਿਵਾਲਵਰ ਕੱਢ ਕੇ ਅਤੇ ਪਹਿਲਾਂ ਉਹਨਾਂ ਨੇ ਦੁਕਾਨ ਦੇ ਵਿੱਚ ਦੋ ਫਾਇਰ ਕੱਢੇ, ਤੀਜਾ ਫਾਇਰ ਸਾਡੀਆਂ ਅੱਖਾਂ ਦੇ ਸਾਹਮਣੇ ਸਿੰਘ ਸਾਹਿਬ ਦੇ ਖੱਬੇ ਪਾਸੇ ਲੱਗਾ ਅਤੇ ਉਹਨਾਂ ਨੂੰ ਪ੍ਰਸ਼ਾਸਨ ਨੇ ਚੱਕ ਕੇ, ਪੁਲਿਸ ਮੁਲਾਜ਼ਮ ਉੱਥੇ ਗੱਡੀ ਨਾਲ ਸੀ, ਉਹਨਾਂ ਨੇ ਚੱਕ ਕੇ ਨੰਨੀ ਹਸਪਤਾਲ ਲੈ ਕੇ ਅਤੇ ਉਹਨਾਂ ਨੇ ਜਵਾਬ ਦੇ ਕੇ ਮੋਗੇ ਰੈਫਰ ਕਰਤਾ। ਹਾਲਤ ਜਿਹੜੀ ਆ ਉਹ ਬਿਲਕੁਲ ਨਾਜ਼ੁਕ ਆ। ਹਾਂਜੀ, ਨਿੰਗ ਸਿੰਘ ਸੀ ਜੀ, ਖਾਲਸਾ ਜੀ ਸੀ ਇੱਥੋਂ, ਆਪਣੇ ਤਰਨਾ ਦਲ ਜਥੇਬੰਦੀ ਦੇ ਸੀ ਜੀ। ਅਸੀਂ ਮੰਗ ਇਹ ਕਰਦੇ ਹਾਂ ਜੀ, ਇਹ ਜਿਹੜੇ ਨਜਾਇਜ਼ ਹਥਿਆਰ ਫੁਕਰਪੁਣੇ ਨੇ ਲਾਇਸੈਂਸ ਲਏ ਹੋਇਆ, ਇਹ ਸਾਰੇ ਰੱਦ ਕੀਤੇ ਜਾਣ। ਜਿਸ ਬੰਦੇ ਨੂੰ ਹਥਿਆਰ ਦੀ ਲੋੜ ਆ ਉਹਨੂੰ ਦਿੱਤਾ ਜਾਵੇ, ਜਿਹੜੀ ਜਾਨ ਨੂੰ ਵਾਕਈ ਖਤਰਾ ਉਹਨੂੰ ਦਿੱਤਾ ਜਾਵੇ। ਇਹ ਤਾਂ ਬੰਦਾ ਫੁਕਰਾ ਸੀ, ਇਹਨੂੰ ਕੋਈ ਖਤਰਾ ਨਹੀਂ ਸੀ, ਕੋਈ ਇੰਨਾ ਅਮੀਰ ਵੀ ਨਹੀਂ ਸੀ ਲੱਗਦਾ ਕਿ ਇਹਨੂੰ ਕੋਈ ਧਮਕੀਆਂ ਮਿਲਦੀਆਂ ਹੋਣ ਕਿ ਇਹਨੇ ਰਿਵਾਲਵਰ ਰੱਖਿਆ। ਇਹਨੇ ਫੁਕਰਪੰਥੀ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ, ਫੁਕਰਪੰਥੀ ਦੇ ਵਿੱਚ ਆ ਕੇ ਸਾਰਿਆਂ ਤੇ ਅਟੈਕ ਕੀਤਾ। ਕਿਸ ਤਰ੍ਹਾਂ ਦੀ ਹਾਲਤ ਹੈ ਜ਼ਖਮੀ ਦੀ? ਜ਼ਖਮੀ ਦੀ ਹਾਲਤ ਬਿਲਕੁਲ ਨਾਜ਼ੁਕ ਆ ਜੀ, ਸੀਰੀਅਸ ਆਵਾਜ਼ਾਂ ਦੀ। ਇਹ ਜਿਹੜਾ ਬਲਵੰਤ ਸਿੰਘ ਸੀਗਾ, ਅੱਜ ਜਿਹੜੀ ਪੰਜਾਬ ਬੰਦ ਦਾ ਕਾਲ ਕੀਤੀ ਹੋਈ ਸੀ ਉਹਦੇ ਵਿੱਚ ਦੁਕਾਨਾਂ ਬੰਦ ਕਰਾ ਰਹੇ ਸੀਗੇ। ਕੋਈ ਜਿਹੜੇ ਗੋਰਾ ਸੀਗਾ ਦੁਕਾਨ ਵਾਲਾ ਮੋਬਾਈਲ ਵਾਲਾ, ਉੱਥੇ ਇਹਨਾਂ ਦਾ ਕੋਈ ਆਸ ਵਿੱਚ ਹੀ ਤਕਰਾਰ ਹੋਇਆ। ਉਦੋਂ ਬਾਅਦ ਉਹਨੇ ਜਿਹੜਾ ਆਪਣਾ ਲਾਇਸੈਂਸੀ ਰਿਵਾਲਵਰ ਨੇ ਜਿਹੜਾ ਉਹਦਾ ਛਾਤੀ ਦੇ ਵਿੱਚ ਫਾਇਰ ਮਾਰਿਆ ਅਤੇ ਜਿਹੜੀ ਬਣਦੀ ਕਾਰਵਾਈ ਹੁਣੇ ਕਰ ਰਹੇ ਹਾਂ ਅਤੇ ਜਿਹੜੀ ਅਤੇ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰ ਰਹੇ ਹਾਂ। ਹਾਲਤ ਹੁਣ ਇੱਥੇ ਹਰਬੰਸ ਨਰਸਿੰਗ ਹੋਮ ਤੁਸੀਂ ਉੱਥੋਂ ਰੈਫਰ ਕੀਤਾ ਅੱਗੇ ਲਈ, ਅਤੇ ਉਹ ਜਿਹੜੀ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ ਚ ਮਾਹਿਰ ਡਾਕਟਰ ਗੁਪਤਾ 6961 67000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਿਲ ਹੋਏ, ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਪਤਾ, ਆਨੰਦ ਦਵਾਖਾਨਾ, ਸਾਹਮਣੇ ਬੱਸ ਸਟੈਂਡ, ਪਟਿਆਲਾ। ਡਾਕਟਰ ਗੁਪਤਾ 6961 67000